So, welcome back guys, क्या चाल सब तो फुली सारे बढ़िया हम होंगे youngest in charge सद्दू मुझसे आला official video show कराओ बापे दे मेरे होगी आ गया गाना खासे time बाद 13 फरवरी नो almost 10-12 दिन लाई ले है ना किटदा music है सनी मार्टिन featuring हनी पी के और अंदी फिड़ी video आते आजो देखिए की चीज़ आ ते ऐ देखिए digital वाले बंदे चेंज हुए ने की चक्कर गोल्ड मीडिया ना कोई पंगा पै गया है ना डिजिटल वन डिजिटल प्रमोशन नहीं गोल्ड मीडिया है गया प्रमोशन गोल्ड मीडिया ठीक है चलो आज देखिए की चीज़ आ सिद्धू मूसेवाला जैसे रावत साहब कह रहे हैं कि सिद्धू के चेहरे पर चुनाव लड़ेंगे तो चाहे घोषित करें या अघोषित करें सिद्धू होंगे अगले ट्रैक इज ऑन पॉलिटिक्स सिद्धू मूसेवाला ਕਿਤੇ ਉਹੀ ਤਾਂ ਨਹੀਂ ਜਿਹੜੇ ਇੰਟਰਵਿਊ ਚ ਕਹਿ ਸਕਿਆ ਕਿ ਗੰਦੀ ਜੀ ਲੈਣ ਬੜੀ ਜ਼ਿਆਦਾ ਕਹਿੰਦਾ ਮੈਂ ਬੋਲ ਕੇ ਸੁਣਾ ਸਕਦਾ ਉਹੀ ਗਾਣਾ ਤਾਂ ਨਹੀਂ ਤੈਨੂੰ ਪਹਿਲਾਂ ਨੂੰ ਸੀ ਪਤਾ ਆਉਸ ਥੈਂਦੀ ਪੂਰੀ ਯੱਕ ਦੀ ਪੰਜਾਬ ਭਰਦਾ 90% ਨਾਲ ਯੂਥ ਬੱਲੀਏ ਕਹੀਏ ਦੇਖੀ ਐਤ ਕੇ ਪੜਾ ਕੇ ਪੈਂਦੇ ਤੂੰ ਬੂਥਾਂ ਦੀ ਲਵਾ ਦੂ ਯੱਟ ਬੂਥ ਬੱਲੀਏ ਚੋਪੜਾ ਦੇ ਨਾਮ ਉੱਤੇ ਨਾਰੇ ਲੱਗਦੇ ਆ ਸ਼ਹਿਰ ਛੱਡ ਦੇਸ਼ ਨੇ ਸਪੋਰਟਾਂ ਵਿੱਚ ਨਹੀਂ ਆ ਜੱਟੇ ਕੁੜਤੇ ਪਜਾਮੇ ਯੱਟ ਪਾਉਣ ਲੱਗਿਆ ਲੱਗਦਾ ਫੀਸ਼ਲ ਹੋ ਚੁੱਕਿਆ ਹੈ ਗਾਣਾ ਐਕਚੁਅਲ 'ਚ ਵੋਟਾਂ ਉੱਤੇ ਹੀ ਆ ਅਤੇ ਘੈਂਟ ਆ ਯਾਰ ਜੀ ਮਤਲਬ ਕਿ ਐਕਚੁਅਲ 'ਚ ਕਹਿੰਦੇ ਕਿ ਉਹ ਯਾਰ ਚਿੱਟੇ ਕੁੜਤਾ ਪਜਾਮੇ ਵਾਲਾ ਬੰਦੇ ਨੇ ਤਾਂ ਕਹਿੰਦੇ ਯਾਰ ਬੜਾ ਹੈ ਮੰਤਰੀ ਜਿਹਾ ਲੱਗਣ ਡਿਆ ਉਹ ਵਾਲੀ ਗੱਲ ਕੁੜਤਾ ਪਜਾਮਾ ਪਾਇਆ ਬਾਸਕਿਟ ਪਾਈ ਉੱਤੇ ਜਾਂ ਹੱਬ ਜੋਲ ਜੈਕਟ ਪਾਈ ਹੁੰਦੀ ਬੰਦੇ ਨੂੰ ਜ਼ਿਆਦਾਤਰ ਅੱਧੇ ਕਹਿੰਦੇ ਨੇ ਕਿ ਯਾਰ ਲੈ ਆਹ ਮੰਤਰੀ ਲੱਗਣ ਡਿਆ ਮੁੰਡਾ ਕਿਤੇ ਹੰਡਾ ਉਹ ਸਭ ਤੋਂ ਸੋ ਪਲੀਜ਼ ਗਾਣੇ ਦਾ ਮਤਲਬ ਇੱਦਾਂ ਉਲਟਾ ਮਤਲਬ ਨਾ ਕੱਢਿਓ ਕਿਉਂਕਿ ਆਪਣੇ ਸਭ ਦੇ ਘਰਾਂ ਦੇ ਵਿੱਚ ਇਹ ਗੱਲਾਂ ਹੁੰਦੀਆਂ ਨੇ ਠੀਕ ਆ ਸਾਡੀ ਗੁੱਡੀ ਦੇ ਕੇ ਆਂਟੀਆਂ ਦਾ ਮੰਦੜਾ ਏ ਹਾਲ ਬੱਲੀਏ ਲੱਗਦਾ ਏ ਐਤਕੀ ਲਵਾ ਕੇ ਛੱਡੂਗਾ ਕਾਲੀ ਰੇਂਜ ਉੱਤੇ ਬੱਤੀ ਲਾਲ ਬੱਲੀਏ ਆਓ ਲੋਕਾਂ ਦੇ ਦਿਲਾਂ ਵਿੱਚ ਵਸੇ ਗੱਭਰੂ ਹੋਰਾਂ ਵਾਂਗੂ ਬਸ ਕੱਲੇ ਨੋਟਾਂ ਵਿੱਚ ਨਹੀਂ What a lonely, the kid.
ਸੋ ਇਹ ਸੀ ਆਪਣਾ ਟਰੈਕ, ਬਹੁਤ ਹੀ ਸੋਹਣੀ ਚੀਜ਼, ਬਹੁਤ ਹੀ ਕੈਂਟ ਚੀਜ਼, ਮਜ਼ਾ ਆ ਗਿਆ ਸੱਚੀ। ਮਤਲਬ ਮੈਨੂੰ ਇਹ ਗਾਣਾ, ਚਲੋ ਇੱਕ ਕਾਇੰਡ ਆਫ ਪ੍ਰਮੋਸ਼ਨ ਹੀ ਹੋਈ ਹੈ ਮਤਲਬ ਬੰਦੇ ਦੀ, ਪਰ ਸਭ ਨੂੰ ਪਤਾ ਬਹੁਤ ਕਾਫੀ ਹੱਦ ਤੱਕ ਇਹ ਗੱਲ ਲੋਕ ਸਾਰੇ ਕਹਿ ਰਹੇ ਨੇ ਕਿ ਇਹਨੇ ਜਿੱਤ ਜਾਣਾ, ਸਿੱਧੂ ਨੇ ਜਿੱਤ ਜਾਣਾ, ਕਿਉਂਕਿ ਗੱਲ ਕੀ ਯੂਥ ਆ, ਯੂਥ ਵਿਦ ਪਾਵਰ ਹੈ ਆਲਰੇਡੀ, ਉਹਦੇ ਕੋਲ ਪਾਵਰ ਹੈ ਕਾਫੀ ਹੱਦ ਤੱਕ ਲੋਕਾਂ ਦੀ, ਉਹਦੇ ਕੋਲ ਲੋਕ ਨੇ। ਮੰਤਰੀ ਉਹ ਇੱਦਾਂ ਦਾ ਕੋਈ ਨਹੀਂ ਹੈਗਾ ਕਿ ਉਹਦਾ ਪਿਓ ਪਹਿਲਾਂ ਮੰਤਰੀ ਸੀਗਾ ਤਾਂ ਤਾਂ ਖੜਾ ਹੋਇਆ, ਠੀਕ ਹੈ ਨਾ, ਉਹ ਲੋਕਾਂ ਵਿੱਚ ਰਿਹਾ, ਉਹ ਲੋਕਾਂ ਨੂੰ ਉਹਦਾ ਪਤਾ, ਉਸ ਹਿਸਾਬ ਨਾਲ ਉਹ ਖੜਾ ਹੋਇਆ, ਬਹੁਤ ਥੱਲਿਓ ਲੋਕਾਂ ਨੇ ਉਹਨੂੰ ਦੇਖਿਆ ਉੱਠਦੇ ਨੂੰ, ਹੈ ਨਾ। ਸੋ ਨਾਈਸ ਟਰੈਕ ਹੈ, ਘੈਂਟ ਚੀਜ਼ ਹੈ, ਠੀਕ ਹੈ। 68K ਲਾਈਕਸ ਆਲਰੇਡੀ ਹੋ ਚੁੱਕੇ ਨੇ, ਜੇ ਆਪਾਂ ਚੈੱਕ ਕਰੀਏ ਵਿਊਜ਼ ਕਿੰਨੇ ਹੋ ਗਏ ਆ ਮੇਰੇ ਦੇਖਦੇ ਦੇਖਦੇ ਹੀ, ਤਾਂ 118,000 ਵਿਊ ਹੋ ਚੁੱਕੇ ਨੇ 13 ਮਿੰਟ 'ਚ। ਇਹ ਫਰੰਟ 'ਤੇ ਨੇ, ਬੈਕ 'ਤੇ ਆਰਾਮ ਨਾਲ ਗਾਣਾ 1.5 ਲੱਖ ਜਾਂ 2 ਲੱਖ ਤਾਂ ਹੋਊਗਾ, ਠੀਕ ਆ। ਸੋ ਨਾਈਸ ਆ ਯਾਰ, ਵਰਕ ਹੈ ਮੈਨ, ਸੀਰੀਅਸਲੀ ਬੰਦਾ ਬਹੁਤ ਉੱਪਰ ਗਿਆ ਆ, ਬਹੁਤ ਮਿਹਨਤ ਕੀਤੀ ਆ। ਜੇ ਯੂਥ ਨੂੰ ਸਪੋਰਟ ਕਰਾਂਗੇ ਤਾਂ ਯੂਥ ਹੀ ਕੁਛ ਕਰੂਗਾ ਅੱਗੇ ਆ ਕੇ, ਹੈ ਨਾ, ਕਿਉਂਕਿ ਪੁਰਾਣੇ ਬੁੱਢੜਿਆਂ ਨੇ ਕੁਛ ਨਹੀਂ ਕਰਨਾ, ਉਹਨਾਂ ਨੂੰ ਉਹਨਾਂ ਨੇ ਖਾਣਾ ਹੀ ਆ ਸਿਰਫ, ਮੈਂ ਤੁਹਾਨੂੰ ਦੱਸਾਂ। ਬਹੁਤ ਘੱਟ ਨੇ ਇਹੋ ਜਿਹੇ, 1-2 ਹੀ ਹੋਣਗੇ ਜਿਹੜੇ ਐਕਚੁਅਲ 'ਚ ਕੁਛ ਸੋਚ ਰਹੇ ਨੇ, ਨਹੀਂ ਤਾਂ ਔਖਾ ਹੀ ਹੈ, ਠੀਕ ਆ। ਸੋ ਬਾਕੀ ਸਨੀ ਮਾਰਟਨ ਇੱਕ ਵਾਰੀ ਹੋਰ ਬੇਬੀ, ਨਾਈਸ ਵਰਕ ਮੈਨ, ਅਤੇ ਮਿਲਦੀ ਛੇਤੀ ਨਵੀਂ ਰਿਐਕਸ਼ਨ ਆ। ਸਤਿ ਸ਼੍ਰੀ ਅਕਾਲ।